एक बहुत ही ईमानदार अते सच्ची सुच्ची शख्सियत दे मालक श्री प्रदीप कुमार नंदा हुणा ने अपना समुचा जीवन सच्चाई दे रस्ते ते चलदियां बसर कीता। आप जी बहुत ही नेक ख्यालां दे अते संस्कारी इंसान सन, परमात्मा दे घर प्रति सच्चे श्रद्धावान सन अते हर एक गरीब अते दीन दुखी दी मदद आप जी हमेशा ही तनो मनो अते तनो करिया करते सन। श्री प्रदीप कुमार नंदा जी बहुत ही धार्मिक बिरती वाले इंसान सन। शहर दा कोई भी धार्मिक काम होवे ता आप जी दी भूमिका हमेशा ही अगां वधू रहंदी सी। मौजूदा समय विच आप जी दे किरत अते चंगे संस्कारां दा लाया बूटा आप जी दी समुची फुलवाड़ी विच प्रफुल्लित हो रहा है। आप जी दा समुचा परिवार बहुत ही मिठ बोलड़ा परिवार है, सहनशील परिवार है अते परमात्मा दे पाणे विच रहण वाला परिवार है। आप जी दे बच्चे बहुत ही नेक हन, संस्कारी हन अते समाज विच शलाघा योग स्थान रखते हन। श्री प्रदीप कुमार नंदा ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸ਼੍ਰੀ ਰਾਮਹਾਲ ਦੇਵੀ ਤਾਲਾ ਮੰਦਿਰ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਡਿਤ ਜੀ ਵੱਲੋਂ ਜੀਵਨ ਅਤੇ ਮੌਤ ਦੀਆਂ ਸੱਚਾਈਆਂ ਬਾਰੇ ਚਾਨਣਾ ਪਾਇਆ ਅਤੇ ਸਭ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੀ ਦਰਸਾਈ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ। ਹਮੇਸ਼ਾ
ਸਰਦਾਰ ਦਰਬਾਰਾ ਸਿੰਘ ਨਾਲ ਵੀ ਇਹਨਾਂ ਦੀ ਬਹੁਤ ਅੱਛੀ ਸਾਂਝ ਸੀ। ਜਨਰਲ ਜੈਲ ਸਿੰਘ ਨਾਲ ਵੀ ਇਹ ਜਦੋਂ ਜਨਰਲ ਜੈਲ ਸਿੰਘ ਦੀ ਟੀਮ ਮਿਨਿਸਟਰ ਸੀ, ਉਸ ਤੋਂ ਬਾਅਦ ਹੋਮ ਮਿਨਿਸਟਰ ਹੋਏ ਮੰਤਰੀ ਨੰਦਾ ਜੀ ਹਮੇਸ਼ਾ ਮਦਦ ਕਰਦੇ ਨਾਲ ਕੰਮ ਕਰਦੇ ਰਹੇ। ਜਿੰਨੇ ਰਿਸ਼ਤੇਦਾਰ, ਜਿੰਨੇ ਸਾਥ ਸੰਬੰਧੀ, ਮਿੱਤਰ ਯਾਰ ਜਿੰਨੇ ਵੀ ਨੇ, ਉਹ ਇਸ ਯਾਤਰਾ ਦੇ ਥੋੜ੍ਹੀ ਦੇਰ ਲਈ ਸਾਥੀ ਨੇ, ਜਿਹਨਾਂ ਨਾਲ ਸਾਡਾ ਮੋਹ ਜੁੜ ਜਾਂਦਾ। ਔਰ ਜਦੋਂ ਸਰੀਰ ਖਤਮ ਹੋ ਜਾਂਦਾ, ਸਾਲ ਬੀਜਦੇ ਜਾਂਦੇ, ਸਮੇਂ ਬੀਜਦਾ ਜਾਂਦਾ ਔਰ ਮੋਹ ਖਤਮ ਹੋ ਜਾਂਦਾ। ਸੰਸਕ੍ਰਿਤ ਦੇ ਬੜੇ ਵਿਦਵਾਨ ਪਾਨਣੀ ਹੋਏ ਨੇ, ਉਹਨਾਂ ਨੇ ਕਿਹਾ ਕਿ ਇਸ ਮੌਤ ਦਾ ਇਲਾਜ ਕੀ ਹੈ, ਅਤੇ ਫਿਰ ਉਹ ਆਪੇ ਜਵਾਬ ਦਿੰਦੇ ਨੇ, ਕਾਲੋ ਹੀ ਕਾਲਸ਼ ਔਸ਼ਧੀ। ਮੌਤ ਦਾ ਇਲਾਜ ਇਹ ਸਮੇਂ ਖੁਦ ਹੈ, ਜਿਉਂ ਜਿਉਂ ਸਮੇਂ ਬੀਤਦਾ ਜਾਂਦਾ ਇਹ ਮੌਤ ਦੇ ਜ਼ਖਮ ਆਪਣੇ ਆਪ ਭਰਦੇ ਜਾਂਦੇ। ਸਾਡੇ ਵੱਲੋਂ ਇੱਕ ਬਹੁਤ ਹੀ ਨੇਕ, ਬਹੁਤ ਹੀ ਸ਼ੀਰ, ਇੱਕ ਬਹੁਤ ਹੀ ਇਮਾਨਦਾਰ ਸਾਡਾ ਵੀਰ ਪ੍ਰਦੀਪ ਜੀ ਚਲਾ ਗਿਆ ਹੈ, ਲੇਕਿਨ ਉਹਨਾਂ ਦੇ ਕੀਤੇ ਕੰਮ ਸਾਨੂੰ ਹਮੇਸ਼ਾ ਯਾਦ ਰੱਖਦੇ। ਜਦੋਂ ਇਹ ਮੇਲਾ ਚਿੰਤਪੁਰਨੀ ਅੰਦਰ ਬਹੁਤ ਹੀ ਪਿਆਰਾ ਮੇਲਾ, ਪਿਆਰਾ ਛੋਟਾ ਭਾਸ਼ ਮੇਲਾ, ਭਾਈ ਮਨਦੀਪ ਨੰਦਾ ਜੀ, ਸੁਦੀਪ ਨੰਦਾ ਜੀ, ਇਹਨਾਂ ਦਾ ਸਮਾਜ ਵਿੱਚ ਬੜਾ ਮਾਣ ਤੇ ਸਤਿਕਾਰ ਹੈ। ਅੱਜ ਦਾ ਕਾਫੀ ਅਸਰ ਹੈ ਕਿ ਇਸ ਪ੍ਰਕਾਰ ਦਾ ਸਾਡੇ ਸ਼ਹਿਰ ਦੇ ਕਿੰਨਾ ਮਾਣ ਸਤਿਕਾਰ ਹੈ। ਉਸ ਵੇਲੇ ਜਿਸ ਵੇਲੇ ਚੰਗੀ ਸ਼ਸ਼ੀ ਚਲੀ ਜਾਂਦੀ, ਪ੍ਰਦੀਪ ਨੰਦਾ ਜੀ ਆਪਣੀ ਸਰਵਿਸ ਵਿੱਚ ਵੀ ਉਹਨਾਂ ਨੇ ਬੜਾ ਸਮਾਂ ਵਧੀਆ ਬਿਤਾਇਆ, ਪਰ ਸਮਾਜ ਦੇ ਵਿੱਚ ਵੀ ਸਮੇਂ ਸਮੇਂ ਤੇ ਸੇਵਾ ਕੀਤੀ। ਉਹ ਸੇਵਾ ਦੇ ਨਾਲ ਜਾਣਾ ਸਾਹਿਬ ਨੇ ਜੋ ਆਇਆ ਸੋ ਚਲੇ ਸੀ, ਸਭ ਤੋਂ ਆਏ ਵਾਲੇ, ਪਰ ਜਿਸਨੇ ਬਹੁਤ ਸੇਵਾ ਕੀਤੀ ਹੋਵੇ, ਸਮਾਜ ਦੇ ਵਿੱਚ ਆਪਣਾ ਨਾਮ ਨਾ ਕੱਢਿਆ ਹੋਵੇ, ਉਸ ਦੁਨੀਆਂ ਹਮੇਸ਼ਾ ਯਾਦ ਜੋ ਇਨਸਾਨ ਦੁਨੀਆਂ ਤੋਂ ਆਇਆ ਉਹਨੇ ਜਾਣਾ ਹੀ ਜਾਣਾ, ਇਹ ਆਪਾਂ ਸਾਰੇ ਜਾਣਦੇ। ਜਿੱਥੇ ਸਾਡੀ ਦਾ ਸ਼ੌਕ ਬੇਟੇ ਦਾ ਪਾਠ ਚਲਾ ਸੇਵ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਰਕ ਸਾਂਝੀ ਵੀ ਹੈ। ਅੱਜ ਜਦੋਂ ਬੇਟੇ ਦੇ ਸਿਰ ਤੇ ਪਗੜੀ ਬੱਚੇਗੀ, ਇਹਦਾ ਮਤਲਬ ਬੇਟਾ ਪਾਰ ਚੱਕਣ ਵਾਲਾ ਬਾਪ ਚਲਾ ਗਿਆ, ਇਹ ਪਾਰ ਤੇਰੀ ਚੱਕਣਾ। ਬਹੁਤ ਦੁੱਖ ਹੁੰਦਾ ਹੈ ਜਦੋਂ ਬਾਹਰ ਦੁਨੀਆਂ ਤੋਂ ਚਲੇ ਜਾਂਦੇ।